ਦੀਪ ਕੌਰ ਹੈ ਜੀ। ਦੀਪ ਕੌਰ ਕਿੱਥੋਂ ਦੇ ਰਹਿਣ ਵਾਲੇ ਹੋ? ਮੈਂ ਛੌਣੀ ਲਾਗੇ ਨਰੰਕੇ ਸਿਆਲ ਪਿੰਡ। ਕੀ ਲੱਗਦੇ? ਮੇਰਾ ਡੈਡੀ ਹੈ ਜੀ। ਕਿਸ ਤਰ੍ਹਾਂ ਦਾ ਤੁਹਾਡਾ ਬੜਾ ਜੀ? ਸਵੇਰ ਕੰਮ ਤੋਂ ਆਏ ਸੀਗੇ। ਕਿੱਥੇ ਲੱਗੇ? ਇਹ ਸਿਵਲ ਹਸਪਤਾਲ ਕੰਮ ਕਰਦੇ ਆ ਜੀ। ਡੈਡੀ ਮੈਂ? ਹਾਂਜੀ ਦਿਹਾੜੀ ਕਰਦੇ, ਮਿਹਨਤ ਮਜ਼ਦੂਰੀ ਕਰਦੇ ਆ। ਇੱਥੋਂ ਘਰੇ ਜਾ ਰਹੇ ਸੀਗੇ, 7 ਵਜੇ ਦਾ ਸਮਾਂ ਸੀਗਾ ਤੇ ਜਾਂਦਿਆਂ ਨੂੰ ਪਿੱਛੋਂ ਮਤਲਬ ਕਿ 3 ਬੰਦੇ ਆਏ ਤੇ 3 ਨੇ ਹਮਲਾ ਕੀਤਾ ਤੁਰੇ ਜਾਂਦੇ ਮੋਟਰਸਾਈਕਲ ਤੇ। ਮੋਟਰਸਾਈਕਲ ਤੋਂ ਥੱਲੇ ਸੁੱਟ ਲਿਆ ਤੇ ਮਤਲਬ ਕਿ ਡੈਡੀ ਹੱਥੋਂ ਪਾਈ ਹੋਇਆ, ਪਰ ਉਹ 3 ਜਣੇ ਸੀ, ਇਹ ਇਕੱਲੇ ਸੀਗੇ ਤੇ ਕਾਪੇ ਮਾਰੇ ਲੱਤ ਦੇ, ਲੱਤ ਵੱਢ ਦਿੱਤੀ ਆ ਤੇ ਬਾਂਹ ਤੋੜ ਦਿੱਤੀ ਆ। ਹਾਂਜੀ ਕਿੰਨੇ ਕੁ ਵਜੇ ਦਾ ਟਾਈਮ? 7 ਵਜੇ ਦਾ ਟਾਈਮ ਸੀ ਜੀ। ਕੀ ਹੁਣ ਲਗਾਤਾਰ ਵਾਰਦਾਤਾਂ ਵੱਧਦੀਆਂ ਜਾ ਰਹੀਆਂ? ਲਗਾਤਾਰ ਵਾਰਦਾਤਾਂ ਵੱਧਦੀਆਂ ਜਾ ਰਹੀਆਂ, ਨਸ਼ਾ ਵੱਧਦਾ ਜਾਂਦਾ ਪਿਆ ਗਾ। ਜਿਹੜੀ ਸਰਕਾਰ ਨਵੀਂ ਆਈ ਆ, ਬਿਲਕੁਲ ਕੋਈ ਫਾਇਦਾ ਨਹੀਂ ਇਹਦਾ। ਜਿੰਨਾ ਇਹਨਾਂ ਨੇ ਸਾਡੇ ਨਾਲ ਫੈਸਲੇ ਕੀਤੇ ਸੀਗੇ, ਬੀਬੀਆਂ ਨੂੰ ਹੌਸਲੇ ਦਿੱਤੇ ਸੀਗੇ, ਪਰ ਉਹ ਹੌਸਲਾ ਨਹੀਂ ਹੈਗਾ ਗਾ, ਤੋੜੀ ਜਾ ਰਹੇ ਆ ਹੌਸਲਾ ਦਿਨੋਂ ਦਿਨ, ਕੋਈ ਹੌਸਲਾ ਨਹੀਂ ਵੱਧਦਾ ਪਿਆ ਇਹਨਾਂ ਦੀ ਸਰਕਾਰ 'ਤੇ। ਬਹੁਤ ਜ਼ਿਆਦਾ ਮੁਸ਼ਕਲ ਹੋ ਰਿਹਾ ਜੀ। 100-100 ਰੁਪਈਏ 'ਤੇ ਦੁਨੀਆ ਮਾਰੀ ਜਾਂਦੇ ਆ। ਅਮਲੀ ਦੱਸੋ ਕੀ ਕਰੂਗਾ, ਕੀ ਕਿਸੇ ਦੀ ਧੀ ਭੈਣ ਬਾਹਰ ਨਿਕਲ ਪੂਗੀ? ਕੋਈ ਬੰਦਾ ਬਾਹਰ ਨਿਕਲ ਪੂਗਾ? ਅੱਗੇ ਤਾਂ ਸੋਚਦੇ ਸੀ ਕਿਸੇ ਦੀ ਧੀ ਭੈਣ ਬਾਹਰ ਨਿਕਲਦੀ ਇਹ ਕੰਮ ਹੁੰਦਾ, ਹੁਣ ਤਾਂ ਜੈਂਟਸ ਨਾਲ ਵੀ ਇਹ ਕੰਮ ਹੁੰਦਾ ਪਿਆ। ਜੈਂਟਸ ਦਾ ਨਿਕਲਣਾ ਵੀ ਔਖਾ ਹੋਇਆ ਪਿਆ ਗਾ। ਸਾਡੀ ਹੱਥ ਜੋੜ ਕੇ ਇਹੀ ਬੇਨਤੀ ਆ, ਇਹੀ ਸਰਕਾਰ ਸਾਡੀ 'ਤੇ ਬੇਨਤੀ ਆ ਕਿ ਸਾਡੀ ਹੱਥ ਜੋੜ ਕੇ ਬੇਨਤੀ ਸੁਣੇ, ਕਿਉਂਕਿ ਇਹ ਜਿਹੜੇ ਹਮਲੇ ਹੁੰਦੇ ਆ ਬੰਦ ਕਰਾਉਣ। ਖੋ ਕੇ ਮੋਟਰਸਾਈਕਲ ਲੈ ਗਏ ਜੀ। ਹਾਂਜੀ ਪੈਸੇ ਸੀਗੇ ਜੇਬ ਦੇ ਵਿੱਚ। ਚਲੋ ਡੈਡੀ ਸਾਡੇ ਨੇ ਬਿਆਨ ਦਿੱਤੇ ਆ ਕਿ ਪੈਸੇ ਨਹੀਂ ਲੈ ਕੇ ਗਏ ਗੇ, ਦਿਹਾੜੀ ਲੈ ਕੇ ਗਏ। 4 ਦਿਨ ਲਾਏ ਸੀ, 2000 ਰੁਪਈਆ ਸੀ ਉਹਨਾਂ ਦੀ ਜੇਬ ਦੇ ਵਿੱਚ, ਕਿਉਂਕਿ ਉਹਨਾਂ ਨੇ ਬਾਂਹ ਤੋੜ ਦਿੱਤੀ, ਪੈਸੇ ਮੰਗਦੇ ਸੀ, ਹੱਥ ਪਿਆ ਨਹੀਂ ਜੇਬ ਦੇ ਵਿੱਚ, ਉਹਨਾਂ ਤੋਂ ਪੈਸੇ ਨਿਕਲੇ ਨਹੀਂ, ਤੋ ਡਰਦੇ ਭੱਜ ਗਏ ਕਿ ਰੌਲਾ ਪਾਊਗਾ। ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਵੀ ਆ, ਪਰ ਨਹੀਂ ਗੱਲ ਨਹੀਂ ਸੁਣਦੇ ਗੇ। ਹਾਂਜੀ ਨਾ ਤਾਂ ਕਿਸੇ ਹੋਸਪਿਟਲ ਦੇ ਵਿੱਚ ਹੀ ਸੁਣਾਈ ਹੈਗੀ ਆ, ਨਾ ਕਿਸੇ ਥਾਣੇ ਦੇ ਵਿੱਚ ਹੀ ਸੁਣਾਈ ਹੈਗੀ ਹੈਗੀ। ਗਰੀਬ ਜਨਤਾ ਜਾਊਗੀ ਕਿੱਧਰ? ਹਾਂਜੀ ਅਫਸਰਾਂ ਮਤਲਬ ਕਿ ਜਿਹੜੇ ਵੀ ਅਫਸਰ ਆ, ਕੋਈ ਵੀ ਅਫਸਰ ਬਣਦੇ ਆ, ਕੁਛ ਵੀ ਹੈਗਾ, ਪਰ ਮਨ ਮਰਜ਼ੀ ਨਾਲ ਆਪਣੇ ਨਾਲ ਕੰਮ ਕਰਦੇ ਆਗੇ, ਸਾਰੇ ਰਲੇ ਹੋਏ ਆਗੇ। ਸਰਕਾਰ ਦੇ ਆਉਣ ਦੇ ਬਾਵਜੂਦ ਕੋਈ ਇਹਨਾਂ ਡਰ ਨਹੀਂ? ਕੋਈ ਡਰ ਨਹੀਂ ਹੈਗਾ। ਅਸੀਂ ਇਹੀ ਭਗਵੰਤ ਮਾਨ ਨੂੰ ਕਹਿਣਾ ਚਾਹੁੰਦੇ ਹਾਂ ਕਿ ਜਿਹੜੀਆਂ ਮਾਵਾਂ ਦੀਆਂ ਕੁੱਖਾਂ ਵੀ ਜੁੜਦੀਆਂ ਪਈਆਂ, ਨਸ਼ੇ ਪੱਤਿਆਂ ਦੇ ਵਿੱਚ ਭੜੀਆਂ ਜਵਾਨੀਆਂ ਰੁੜਦੀਆਂ ਪਈਆਂ, ਜਿਹੜੇ ਬਜ਼ੁਰਗਾਂ ਨੂੰ ਵਿਚਾਰਿਆਂ ਨੂੰ ਮੇਰੇ ਡੈਡੀ ਵਰਗਿਆਂ ਨੂੰ ਮਾਰ ਕੁੱਟ ਕੇ ਸਿੱਟੀ ਜਾਂਦੇ ਮੰਜਿਆਂ 'ਤੇ, ਉਹ ਕਿੱਥੋਂ ਕਮਾ ਕੇ ਖਾ ਲੈਣਗੇ ਅਤੇ ਕੀ ਕਰਨਗੇ? ਜਿਹੜੇ ਜਿਹੜੇ ਸਾਡੇ ਨਾਲ ਇਹਨਾਂ ਨੇ ਵਾਅਦੇ ਕੀਤੇ ਆ ਉਹ ਤਾਂ ਪੂਰੇ ਕਰਨ, ਬਾਕੀ ਤਾਂ ਅਸੀਂ ਇਹਨਾਂ ਤੋਂ ਕੁਛ ਨਹੀਂ ਮੰਗਦੇ। ਸਾਰਾ ਜੀ ਤਾਂ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਇਹਨਾਂ ਗਰੀਬਾਂ ਦੀ ਮਦਦ ਕੀਤੀ ਜਾਵੇ। ਹਲਕਾ ਜਿਵੇਂ ਇੱਥੇ ਆਪਣਾ ਕੀ MLA ਸਾਹਿਬ ਆ, ਇਹਨਾਂ ਦਾ ਨਾਮ ਬਲਵਿੰਦਰ ਸਿੰਘ ਹੈ ਜੀ। ਕੀ ਕਰਦੇ? ਇਹ ਮਿਹਨਤ ਮਜ਼ਦੂਰੀ ਕਰਦੇ ਜੀ। ਕਿੱਥੇ? ਇੱਥੇ ਸਿਵਲ ਹਸਪਤਾਲ 'ਚ ਹੀ ਕਰਦੇ ਸੀ ਕੰਮ ਜੀ, ਅਤੇ ਆਪਣਾ ਪਿੰਡ ਰੁਕਣਾ ਬੇਗੂ ਵਾਪਸ ਕੰਮ ਤੋਂ ਜਾ ਰਹੇ ਸੀ, ਉਹਨਾਂ ਦੇ ਜਾਨੀ ਹਮਲਾ ਨਹਿਰੂ ਪਾਰ ਮਤਲਬ ਕਿ ਇਹਨਾਂ ਦੇ ਪੈ ਗਏ ਜੀ। ਕਿੱਥੇ ਕਰਕੇ ਹਮਲਾ ਕੀਤਾ? ਇਹ ਆਪਣਾ ਸ਼ੈਲਰ ਦੇ ਸਾਹਮਣੇ ਜੀ, ਨਹਿਰੂ ਪਾਰ ਜੀ, ਫਰੀਦਕੋਟ ਰੋਡ 'ਤੇ ਜੀ। ਹਾਂਜੀ ਕੀ ਮਾਰਿਆ ਇਹਨਾਂ ਦੇ? ਕਾਪਾ ਮਾਰਿਆ ਜੀ, ਲੱਤ 'ਤੇ ਲੱਤ ਫਿਚਰ ਕਰਤੀ ਹੈ ਜੀ, ਸਾਰੀ ਕਰੈਕ ਕਰਤੀ ਆ, ਬਾਂਹ ਤੋੜਤੀ ਹੈ ਜੀ, ਸ਼ਰੇਆਮ ਲੁੱਟਾਂ ਖੋਹਾਂ ਹੁੰਦੀਆਂ ਪਈਆਂ ਜੀ। ਅਸੀਂ ਤਾਂ ਇਹੀ ਕਹਿੰਦੇ ਵੀ ਇਹਨਾਂ ਦੇ ਆਉਣ ਵਾਲੀ ਜਿਹੜੀ ਹੁਣ ਸਰਕਾਰ ਆਈ ਆ, ਇਹਨਾਂ 'ਤੇ ਨੱਥ ਪਾਈ ਜਾਵੇ ਜੀ, ਅਤੇ ਗੁੰਡਾਗਰਦੀ ਬੰਦ ਹੋਵੇ ਤਾਂ ਹੀ ਲੋਕ ਜੀਵਤ ਰਹਿ ਸਕਣਗੇ, ਨਹੀਂ ਤਾਂ ਬਹੁਤ ਮੰਦਾ ਹਾਲ ਹੋਊਗਾ, ਬਹੁਤ ਮੁਸ਼ਕਲ ਹੋ ਜੂਗਾ ਜੀ। 100 ਰੁਪਏ ਪਿੱਛੇ ਬੰਦਾ ਮਾਰੀ ਜਾਣਗੇ ਜੀ, ਇਹ ਨਸ਼ੇ ਵਾਲਿਆਂ ਦਾ ਇੰਨਾ ਹੀ ਬੁਰਾ ਹਾਲ ਹੋ ਗਿਆ ਜੀ। ਹਾਂਜੀ ਪੁਲਿਸ ਕਾਰਵਾਈ ਕਰ ਰਹੀ ਹੈ ਜੀ। ਬਲਵਿੰਦਰ ਸਿੰਘ ਸਨ ਆਫ ਤਾਰਾ ਸਿੰਘ, ਇਹ ਮਿਸਤਰੀ ਦਾ ਕੰਮ ਕਰਦਾ ਜੀ, ਸਿਵਲ ਹਸਪਿਟਲ ਲੱਗਾ ਸੀ, ਇਹ ਕੰਮ ਮੁਕੰਮਲ ਕਰਕੇ ਆਪਦੇ ਘਰ ਨੂੰ ਜਾ ਰਿਹਾ ਸੀਗਾ, ਅਤੇ 7 ਵਜੇ ਦਾ ਟਾਈਮ ਸੀ, 6:30 ਵਜੇ ਇੱਥੋਂ ਗਿਆ, 7 ਵਜੇ ਦਾ ਟਾਈਮ ਸੀ, ਅਤੇ ਰਸਤੇ ਪਿੱਛੋਂ ਮੋਟਰਸਾਈਕਲ 'ਤੇ 3 ਬੰਦੇ ਆਏ ਆ ਜੀ, ਜਿਨ੍ਹਾਂ ਨੇ ਇਹਦੇ ਬਿਸਬਲ ਮਾਰਿਆ, ਇਹ ਡਿੱਗ ਪਿਆ, ਫਿਰ ਲੱਤ 'ਤੇ ਸਖਤ ਚੀਜ਼ ਮਾਰੀ ਹੈ ਜੀ, ਲੱਤ ਵੀ ਟੁੱਟ ਗਈ ਅਤੇ ਬਾਂਹ ਵੀ ਤੋੜਤੀ ਉਹਦੀ, ਅਤੇ ਮੋਟਰਸਾਈਕਲ ਲੈ ਗਿਆ ਜੀ। ਮੈਂ ਮੌਕੇ 'ਤੇ ਪਹੁੰਚਿਆ, 112 ਦੀ ਕੰਪਲੇਂਟ ਕੀਤੀ ਉਹਨਾਂ ਨੇ, ਮੌਕੇ 'ਤੇ ਗਏ ਜੀ, ਮੈਂ ਵੀ ਮੌਕੇ 'ਤੇ ਗਿਆ, SSO ਸਾਹਿਬ ਮੌਕੇ 'ਤੇ ਗਏ ਆ, ਸੀਨੀਅਰ ਅਫਸਰਾਂ ਦੇ ਧਿਆਨ 'ਚ ਲਿਆਂਦਾ ਗਿਆ ਜੀ, ਹੁਣ ਅਸੀਂ ਇੱਥੇ ਹੋਸਪਿਟਲ ਆਏ ਹਾਂ, ਜੋ ਕਾਨੂੰਨੀ ਬਣਦੀ ਕਾਰਵਾਈ ਆ ਉਹ ਕੀਤੀ ਜਾਵੇਗੀ, ਅਤੇ ਨੌਜਵਾਨ ਜਲਦੀ ਫੜਿਆ ਜਾਊਗਾ ਜੀ। ਸਾਡੀਆਂ ਟੀਮਾਂ ਲੱਗੀਆਂ ਨੇ, CI ਸਟਾਫ ਵੀ ਲੱਗਿਆ, ਕੈਮਰੇ ਖੰਗਾਲ ਰਹੇ ਹਾਂ ਜੀ, ਜੋ ਵੀ ਸਾਹਮਣੇ ਆਏਗਾ ਤੁਹਾਨੂੰ ਦੱਸ ਦਿੱਤਾ ਜਾਊਗਾ ਜੀ।